ਆ ਜਿਹੜੀ ਤੁਸੀਂ ਮੁੰਡੇ ਦੀ ਤਸਵੀਰ ਦੇਖ ਰਹੇ ਹੋ ਜੀ ਉਹ ਮੁੰਡਾ ਹੀ ਆ ਜੀ ਇਹ ਤੁਸੀਂ ਕਿਤੇ ਪਲੇਖੇ ਚ ਨਾ ਪੈ ਜਿਓ ਕਿਉਂਕਿ ਇਹਨੇ ਦਾੜੀ ਦੂੜੀ ਲਾਈ ਵੀ ਹੈ ਨਕਲੀ ਤੇ ਇਸ ਮੁੰਡੇ ਨੇ ਕੀ ਕੀਤਾ ਨਕਲੀ ਨੁਕਲੀ ਦਾੜੀ ਲਾ ਕੇ ਤੇ ਵੀਜ਼ਾ ਆਪਦਾ ਪਾਸਪੋਰਟ ਵੀ ਜਾਲੀ ਬਣਾ ਲਿਆ ਤੇ ਜਦੋਂ ਗਿਆ ਉਥੇ 에ਰਪੋਰਟ ਤੇ ਤੇ ਉਹਨਾਂ ਨੂੰ ਸ਼ੱਕ ਜਿਹਾ ਲੱਗਿਆ ਵੀ ਇਹ ਬੰਦੇ ਦਾ ਮੂੰਹ ਮੰਦਰਾ ਦਾ ਕੋਈ ਮਿਲਦਾ ਨਹੀਂ ਹੈਗਾ ਤੇ ਇਹ ਕਿਵੇਂ ਹੋ ਸਕਦਾ ਤੇ ਹੁਣ ਇਹਨੂੰ ਲਿਆ ਫੜ ਸਭ ਤੋਂ ਵੱਡਾ ਕੁਐਸਚਨ ਇਹ ਆ ਵੀ ਇਹ ਕਹਿੰਦਾ ਮੈਂ ਕੈਨੇਡਾ ਜਾਣਾ ਸੀਗਾ ਜੇਨੇ ਕੈਨੇਡਾ ਜਾਣਾ ਸੀ ਤਾਂ ਵੀਜ਼ਾ ਵੀ ਤਾਂ ਇਹਨੇ ਲਿਆ ਹੀ ਹੋਣਾ ਤੇ ਕੀ ਇਹਨੇ ਫਿਰ ਵੀਜ਼ੇ ਵਾਲੀ ਜਿਹੜੀ ਇੰਟਰਵਿਊ ਆਈ ਪਾਸਪੋਰਟ ਕਰ ਲਈ ਹਾਂਜੀ ਬ੍ਰਾਡਰ ਸਾਹਿਬ ਇਹ ਮਾਮਲਾ ਇੰਡੀਆ ਦੇ ਨਾਲ ਰਿਲੇਟਡ ਹੈਗਾ ਜੀ 24 ਸਾਲਾਂ ਦਾ ਇਹ ਨੌਜਵਾਨ ਆ ਜਿਹਨੂੰ 에어ਪੋਰਟ ਦੇ ਉੱਤੇ ਬਜ਼ੁਰਗ ਵਾਲੇ ਭੇਸ ਦੇ ਵਿੱਚ ਕਾਬੂ ਕੀਤਾ ਗਿਆ ਇਸ ਬੰਦੇ ਨੇ ਆਪਣੀ ਉਮਰ 67 ਸਾਲ ਦੱਸੀ ਪਾਸਪੋਰਟ ਇਹਦੇ ਕੋਲੇ ਫਰਜੀ ਸੀਗਾ ਤੇ ਪਾਸਪੋਰਟ ਦੇ ਉੱਤੇ ਇਹਨੇ ਵੀਜ਼ਾ ਵੀ ਲਿਆ ਹੋਇਆ ਸੀਗਾ ਕੈਨੇਡਾ ਨੂੰ ਜਾਣ ਦੀ ਇਹਦੀ ਸਲਾਹ ਸੀਗੀ ਪਰ ਇਹ ਬੰਦਾ ਫੜਿਆ ਗਿਆ ਇਹਨੂੰ CISF ਨੇ ਅਰੈਸਟ ਕੀਤਾ ਇਸ ਮੁੰਡੇ ਦਾ ਅਸਲੀ ਨਾਮ ਹੈਗਾ ਜੀ ਗੁਰਸੇਵਕ ਸਿੰਘ ਇਨੇ ਆਪਣੇ ਸਿਰਦੇਵਾਲ ਤੇ ਦਾੜੀ ਨੂੰ ਇਹਨੇ ਡਾਈ ਕੀਤਾ ਹੋਇਆ ਸੀਗਾ ਐਗਜ਼ੈਕਟ ਉਸ ਕਲਰ ਦੇ ਵਿੱਚ ਜਿੱਦਾਂ ਬਜ਼ੁਰਗਾਂ ਦੀ ਹੋ ਜਾਂਦੀ ਹੈ ਅਣਕਾਂ ਵੀ ਇਹਨੇ ਉਸ ਤਰੀਕੇ ਦੀਆਂ ਲਾਈਨਾਂ ਸੀਗੀਆਂ ਜਿਵੇਂ ਕਿ ਬਜ਼ੁਰਗ ਯੂਜ਼ੂਅਲੀ ਲਾਉਂਦੇ ਹੈ ਸੀਆਈਐਸਫ ਨੇ ਟਿਊਜ਼ਡੇ ਇਵਨਿੰਗ ਨੂੰ ਇਹਨੂੰ ਇੰਟਰਸੈਪਟ ਕੀਤਾ ਕਿਉਂਕਿ ਇਹਦੇ ਕੋਲੇ ਜਿਹੜਾ ਪਾਸਪੋਰਟ ਸੀਗਾ ਉਹਦੇ ਮੁਤਾਬਕ ਇਹਦੀ ਉਮਰ 67 ਸਾਲ ਸੀਗੀ ਤੇ ਪਾਸਪੋਰਟ ਦੇ ਉੱਤੇ ਨਾਮ ਰਸ਼ਵਿੰਦਰ ਸਿੰਘ ਸੀਗਾ ਪਰ ਇਹਦੀ ਆਵਾਜ਼ ਇਹਦੀ ਅਪੀਅਰੈਂਸ ਤੇ ਇਹਦਾ ਸਕਿਨ ਟੈਕਸਚਰ ਹੈ ਜਿਹੜਾ ਉਹ 67 ਸਾਲਾਂ ਦੇ ਬਜ਼ੁਰਗ ਵਰਗਾ ਨਹੀਂ ਲੱਗਿਆ ਉਹਨਾਂ ਨੂੰ ਉਹਨਾਂ ਨੇ ਜਦੋਂ ਇਹਦੇ ਨਾਲ ਗੱਲਬਾਤ ਕੀਤੀ ਤਾਂ ਇਹ ਮਾਮਲਾ ਜਿਹੜਾ ਉਹਨਾਂ ਦੇ ਲਈ ਸ਼ੱਕੀ ਹੋ ਗਿਆ ਕਿ ਬੰਦੇ ਦੀ ਆਵਾਜ਼ ਜਿਹੜੀ ਉਹ ਇੱਕ ਨੌਜਵਾਨ ਵਰਗੀ ਹੈ ਫਿਰ ਇਹਦੀ ਜਿਹੜੀ ਸਿਹਤ ਆਈ ਦੀ ਜਿਹੜੀ ਸਕਿਨ ਹੈ ਉਹ ਵੀ ਨੌਜਵਾਨਾਂ ਵਰਗੀ ਹੈ ਬਜ਼ੁਰਗਾਂ ਵਰਗੀ ਨਹੀਂ ਇਹਨੇ ਜਦੋਂ ਪਾਸਪੋਰਟ ਪ੍ਰੋਡਿਊਸ ਕੀਤਾ ਤਾਂ ਉਹਨਾਂ ਨੇ ਦੇਖਿਆ ਕਿ ਇਹਦੀ ਰਾਤ ਦੀ ਫਲਾਈਟ ਹੈਗੀ ਆ 에ਅਰ ਕੈਨੇਡਾ ਦੀ ਇਹਨੇ ਟਿਕਟ ਲਈ ਹੋਈ ਸੀਗੀ ਤੇ ਇਹਨੇ ਕੈਨੇਡਾ ਪਹੁੰਚਣਾ ਸੀਗਾ ਡੈਲੀ ਤੋਂ ਜਦੋਂ ਇਹਦੀ ਇਨਟੈਰੋਗੇਸ਼ਨ ਕੀਤੀ ਗਈ ਸ਼ੱਕ ਤੋਂ ਬਾਅਦ ਤੇ ਇਨਟੈਰੋਗੇਸ਼ਨ ਦੇ ਨਾਲ ਇਹਦੀ ਤਲਾਸ਼ੀ ਵੀ ਸ਼ੁਰੂ ਕੀਤੀ। ਇਹਦੀ ਤਲਾਸ਼ੀ ਦੇ ਵਿੱਚੋਂ ਜਦੋਂ ਸਮਾਨ ਲਿਆ ਇਹਦੇ ਫੋਨ ਨੂੰ ਅਨਲੌਕ ਕਰਵਾਇਆ ਗਿਆ ਤੇ ਇਹਦੇ ਫੋਨ ਦੇ ਵਿੱਚੋਂ ਇਹਦੀਆਂ ਫੋਟੋਜ਼ ਮਿਲ ਗਈਆਂ ਜਿਹੜੀਆਂ ਇਹ ਰੋਜ਼ ਖਿੱਚਦਾ ਸੀਗਾ ਤੇ ਜਦੋਂ ਇਹਦੀ ਤਲਾਸ਼ੀ ਲਈ ਉਹਦੇ ਵਿੱਚੋਂ ਇਹਦਾ オリジナル ਪਾਸਪੋਰਟ ਵੀ ਮਿਲ ਗਿਆ ਤੇ ਉਦੋਂ ਤੱਕ ਇਹ ਫਿਰ ਖੁਦ ਵੀ ਕਬੂਲ ਕਰ ਗਿਆ ਕਿ ਮੈਂ 24 ਸਾਲਾਂ ਦਾ ਹੈ ਮੇਰਾ ਨਾਮ ਗੁਰਸੇਵਕ ਸਿੰਘ ਹੈ ਤੇ ਅਸਲੀ ਪਛਾਣ ਮੈਂ ਸਿਪਾਈ ਹੋਈ ਹੈ। ਫਿਰ ਇਹਨੂੰ ਜੀ ਇਹਨੂੰ ਤੇ ਇਹਦਾ ਜਿਹੜਾ ਮਾਲ ਪੱਤਾ ਸੀਗਾ ਇਹਦੇ ਕੋਲੇ ਇਹਦੇ ਬੈਗ ਵਗੈਰਾ ਸੀਗੇ ਉਹ ਸਾਰਾ ਕੁਝ ਦਿੱਲੀ ਪੁਲਿਸ ਨੂੰ ਹੈਂਡਓਵਰ ਕਰ ਦਿੱਤਾ ਗਿਆ ਇਹਦੇ ਤੇ ਮਾਮਲਾ ਵੀ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਇੱਕ ਤਾਂ ਜਾਲੀ ਪਾਸਪੋਰਟ ਇਹਦੇ ਕੋਲੋਂ ਮਿਲਿਆ ਤੇ ਇੱਕ ਇਮਪਰਸੋਨੇਸ਼ਨ ਦਾ ਜਿਹੜਾ ਹੈਗਾ ਮਾਮਲਾ ਇਹਦੇ ਤੇ ਸ਼ੁਰੂ ਕਰ ਦਿੱਤਾ ਗਿਆ ਜੀ ਬਰਾਤ ਸਾਹਿਬ ਦੇਖੋ ਜੀ ਇਹਦਾ ਕੋਈ ਮੇਕਅਪ ਆਰਟਿਸਟ ਜਿਹੜੇ ਸੀਗਾ ਤੇ ਇਹਨੇ ਦੀ ਦਾੜੀ ਤੇ ਚਲੋ ਚਿੱਟੀ ਕਰਤੀ ਸੀਗੀ ਤੇ ਥੱਲੋਂ ਇਹਦਾ ਕਾਲਾ ਕਾਲਾ ਉਵੇਂ ਦੇਖੀ ਜਾਂਦਾ ਤੇ ਨੜੇ ਦੀਆਂ ਜਿਹੜੀਆਂ ਸੇਲੀਆਂ ਹੈਗੀਆਂ ਸੇਲੀਆਂ ਦੇ ਮੇਕਅਪ ਆਰਟਿਸਟ ਨੇ ਨਹੀਂ ਦੱਸਿਆ ਵੀ ਭਾਈ ਸੇਲੀਆਂ ਵੀ ਥੋੜੀਆਂ ਜੀਆਂ ਚਿੱਟੀਆਂ ਕਰਨੀਆਂ ਤੇ ਸਕਿਨ ਵੀ ਦੇਖ ਲਓ ਤੁਸੀਂ ਸਕਿਨ ਤਾਂ ਆਏ ਪੂਰੀ ਚਮਕੀ ਜਾਂਦੀ ਹੈ ਜਿਵੇਂ ਕੱਲ ਦਾ ਜਵਾਬ ਹੁੰਦਾ ਤੇ ਲੱਗਦਾ ਇਹ ਤਾਂ ਜ਼ਿਆਦਾ ਮੇਕਅਪ ਆਰਟਿਸਟ ਮਾੜਾ ਸੀਗਾ ਤੇ ਜਾਂ ਫਿਰ ਚਲੋ ਐਕਟਰ ਵੀ ਮਾੜੇ ਹੀ ਹੋਣਾ ਬਿਲਕੁਲ ਬਟਸਪ ਖੋਦੀ ਜਿਹੜੀ ਹੈਗੀ ਹੈ ਰਿਸਰਚੋ ਵੀ ਢਲੀ ਰਹਿ ਗਈ ਹੈ ਹੁਣ ਦੇਖੋ ਤੁਸੀਂ ਫੋਟੋ ਦੇਖ ਕੇ ਦੇਖ ਲਿਆ ਕਿ ਇਹਦੇ ਆਈਬ੍ਰੋ ਇਹਦੇ ਨਾਲ ਮੈਚ ਨਹੀਂ ਕਰਦੇ ਤੇ ਇਹ ਘਰੋਂ ਦੇਖ ਕੇ ਤਿਆਰ ਹੋ ਕੇ ਆਇਆ ਹੋਊਗਾ ਜਾਂ ਜਿੱਦਾਂ ਕਹਿ ਰਹੇ ਕਿ ਡਾਈ ਕਰਵਾਈ ਆ ਹੋ ਸਕਦਾ 2-4 ਦਿਨ ਪਹਿਲਾਂ ਕਰਵਾਈ ਹੋਵੇ ਜਾਂ ਤਾਂ ਸਾਰੇ ਕਾਸੇ ਨੂੰ ਕਰਵਾ ਲੈਂਦਾ ਪਰ ਆਪਾਂ ਕਿਸੇ ਨੂੰ ਇਦਾਂ ਦੀ ਮਾੜੀ ਰਾਏ ਨਹੀਂ ਦਿੰਦੇ ਕਿਉਂਕਿ ਇਹਦੇ ਤੇ ਤਿੰਨ ਜਿਹੜੇ ਹੈਗੇ ਆ ਉਹ ਚਾਰਜਸ ਲੱਗੇ ਆ ਇੰਡੀਅਨ ਪੈਨਲ ਕੋਡ ਦਾ 420 468 ਤੇ 471 ਇੱਕ ਹੁੰਦਾ ਜੀ ਚੀਟਿੰਗ ਤੇ ਡਿਸਹੋਨੈਸਟੀ ਦਾ ਇੱਕ ਹੈਗਾ ਫਰੋਜਰੀ ਫॉर ਦਾ ਪਰਪਸ ਆਫ ਚੀਟਿੰਗ ਤੇ ਇੱਕ ਹੈਗਾ ਡਾਕੂਮੈਂਟ ਖਰਾਬ ਕਰਕੇ ਗਲਤ ਡਾਕੂਮੈਂਟ ਲੈ ਕੇ ਜਾ ਕੇ ਜੈਨੂਨ ਦੀ ਤੌਰ ਤੇ ਪੇਸ਼ ਕਰਨ ਦਾ ਸੋ ਪਹਿਲਾਂ ਵੀ ਇੱਕ ਬੰਦਾ ਫੜਿਆ ਗਿਆ ਸੀਗਾ ਪਿਛਲੇ ਮਹੀਨੇ ਉਦੋਂ ਉਹ ਕਹਿ ਰਿਹਾ ਸੀਗਾ ਕਿ ਮੈਂ ਹੈਗਾ ਪਾਇਲਟ ਮੇਰੇ ਖਾਲ ਸਿੰਗਾਪੁਰ ਦੀ ਕਿਸੇ ਫਲਾਈਟ ਦਾ ਉਹਦੇ ਕੋਲ ਵੀ ਡਾਕੂਮੈਂਟ ਵਗੈਰਾ ਸੀ ਉਹਨੂੰ ਮੇਨ ਨਾ ਤਿੰਨਾਂ ਚਾਰਜਸ ਦੇ ਤਹਿਤ ਛੁੱਟਿਆ ਗਿਆ ਸੀ ਅੰਦਰ ਤੇ ਇਹਨੂੰ ਵੀ ਪਤਾ ਨਹੀਂ ਕਿੱਥੋਂ ਇਹ ਚੁੱਲ ਮੱਚੀ ਜੇ ਤੇਰੇ ਕੋਲ ਸਾਰਾ ਕੁਝ ਅਸਲੀ ਹੈਗਾ ਭਾਈ ਤੂੰ ਉਹ ਡਾਕੂਮੈਂਟ ਲਾ ਕੇ ਚਲਿਆ ਜਾ ਸੋ ਤੁਸੀਂ ਭਾਈ ਜਿੰਨੇ ਮਰਜ਼ੀ ਵਧੀਆ ਮੇਕਅਪ ਆਰਟਿਸਟੋਂ ਤੁਸੀਂ ਜਿੰਨੇ ਕੁ ਮਰਜ਼ੀ ਵਧੀਆ ਐਕਟਰੋ ਇਹ ਸਾਰਾ ਕੁਝ ਤੁਸੀਂ ਅਥਾਰਟਿਜ਼ ਤੋਂ ਪਾਸੇ ਕਿਸੇ ਰੀਲ ਬਣਾਉਣ ਦੇ ਲਈ ਕਿਸੇ ਮੂਵੀ ਬਣਾਉਣ ਦੇ ਲਈ ਯੂਜ਼ ਕਰੋ ਰੀਅਲ ਲਾਈਫ ਦੇ ਵਿੱਚ ਯੂਜ਼ ਨਾ ਕਰੋ ਬਿਲਕੁਲ ਜੀ ਇੱਥੇ ਮੈਂ ਇਹ ਵੀ ਜ਼ਿਕਰ ਕਰਨਾ ਚਾਹਾਂਗਾ ਵੀ ਇਹ ਬੰਦੇ ਨੇ ਫਿਰ ਜੇ ਪਾਸਪੋਰਟ ਬਣਾਵਾਇਆ ਆ ਸੀਗਾ ਤਾਂ ਜਮਾਂ ਅਸਲੀ ਕੋਈ ਉਹ ਪਹਿਲਾਂ ਇਹਨੇ ਆਪ ਦਾ ਆਧਾਰ ਕਾਰਡ ਬਨਕਲੀ ਬਣਾਇਆ ਹੋਣਾ ਫਿਰ ਇਹਨੇ ਆਪ ਦਾ ਗਾਂ ਪੁਲਿਸ ਪੁਲਿਸ ਵੈਰੀਫਿਕੇਸ਼ਨ ਕਰਾਈ ਹੋਣੀ ਜੇ ਉਹ ਲੱਲਾ ਭੱਬਾ ਕੀਤਾ ਹੋਣਾ ਵੇਰੀ ਕਿਤੇ ਦਾ ਪਾਸਪੋਰਟ ਤੇ ਜਿਹੜਾ ਨੰਬਰ ਹੁੰਦਾ ਆਇਆ ਹੋਣਾ ਜਿਹੜਾ ਗਵਰਨਮੈਂਟ ਕੋਲੇ ਹੁੰਦਾ ਤੇ ਪਾਸਪੋਰਟ ਬਣਾਉਣ ਤੱਕ ਦਾ ਇਹਦਾ ਜਿਹੜਾ ਸਫਰ ਉਹ ਵੀ ਤਾਂ ਇਹਦਾ ਬਹੁਤ ਕਪਲਬਾਜੀ ਨਾਲ ਹੋਇਆ ਹੋਣਾ ਬਿਲਕੁਲ ਬਲੱਡ ਸਬ ਇਹ ਤਾਂ ਹੁਣ ਦਿੱਲੀ ਪੁਲਿਸ ਪਤਾ ਕਰਕੇ ਦੱਸੂਗੀ ਕਿ ਇਹਨੇ ਪਾਸਪੋਰਟ ਕਿੱਦਾਂ ਬਣਾਇਆ ਕਿ ਕੋਈ ਏਜੰਟ ਸੀਗਾ ਜਿਹਨੂੰ ਇਹਨੇ ਪੈਸੇ ਦੇ ਕੇ ਸਦਾ ਹੀ ਇਹ ਸਾਰਾ ਕੁਝ ਹਾਸਲ ਕਰ ਲਿਆ ਅਲੋਂਗ ਵਿਦ ਵੀਜ਼ਾ ਜਾਂ ਫਿਰ ਇਹਨੇ ਸਾਰਾ ਕੁਝ ਮੈਨੂਅਲੀ ਕੀਤਾ ਹੈ ਉਹਨਾਂ ਵਾਲੇ ਦਿਨਾਂ 'ਚ ਇਹ ਚੀਜ਼ਾਂ ਵੀ ਪਤਾ ਲੱਗ ਜਾਣਗੀਆਂ ਪਰ ਬਰਾੜ ਸਭ ਜੇ ਮੈਨੂਅਲੀ ਕੀਤਾ ਹੁੰਦਾ ਤਾਂ ਮੇਰੇ ਖਿਆਲ ਇਹ ਪਹਿਲਾਂ ਹੀ ਫੜਿਆ ਜਾਣਾ ਸੀਗਾ ਇੱਥੇ ਤੱਕ ਆਉਂਦੀ ਉਹਨੂੰ ਨੌਬਤ ਨਹੀਂ ਸੀ ਪੈਣੀ ਤੇ ਦੂਜੀ ਗੱਲ ਇਹ ਵੀ ਹੈ ਨਾ ਭਾਈ ਇੰਨਾ ਕਿੰਨਾ ਕੈਨੇਡਾ ਦਾ ਚਾ ਚੜਿਆ ਜਿਹੜਾ ਇੱਥੋਂ ਇਹ ਤੱਕ ਬੰਦਾ ਚਲਾ ਜਾਂਦਾ ਹੁਣ ਮੈਨੂੰ ਲੱਗਦਾ ਘੱਟੋ ਘੱਟ ਦੀ 10-12 ਸਾਲ ਤੱਕ ਜੇਲ੍ਹ 'ਚ ਕੱਟਣੀ ਪੈਣੀ ਹੈ ਕੈਨੇਡਾ 'ਚ ਤਾਂ ਇਹ ਕੀ ਜਣਾ ਤੇ ਇਹ ਕੋਈ ਖਬਰਾਂ ਖਬਰਾਂ ਨਹੀਂ ਸੁਣਦੇ ਕਿ ਬਸ ਆਸੇ ਪਾਸੇ ਤਵੀ ਵੀ ਉਹ ਟੱਪ ਗਿਆ ਟੱਪ ਗਿਆ ਸੁਣ ਸੁਣਾ ਕੀ ਇਹ ਕੋਈ ਫਿਲਮਾ ਫਿਲਮਾ ਦਾ ਜਿਆਦਾ ਅਸਰ ਹੋ ਜਾਂਦਾ ਹੈ ਇਹ ਤਾਂ ਬਰਾਡਸਾ ਫਿਲਮ ਦਾ ਅਸਰ ਹੀ ਲੱਗਦਾ ਹੈ ਕਿ ਬੰਦੇ ਨੇ ਆਪਣਾ ਪੇਸ ਹੀ ਚੇਂਜ ਕਰ ਲਿਆ ਵੈਸੇ ਮੇਰੇ ਖਿਆਲ ਜੇ 67 ਸਾਲ ਦੇ ਬੰਦੇ ਦਾ ਵੀਜ਼ਾ ਆ ਸਕਦਾ ਤੇ 24 ਸਾਲ ਦੇ ਦਾ ਵੀ ਆ ਸਕਦਾ ਇਹ ਨਹੀਂ ਜੇ ਕੈਨੇਡਾ ਜਾਣਾ ਹੀ ਇਹਦਾ ਇਕੱਲਾ ਟਾਰਗੇਟ ਹੁੰਦਾ ਫਿਰ ਤਾਂ ਸ਼ਾਇਦ ਇਹ ਆਪਣਾ ਗੁਰੂ ਸੇਵਕ ਸਿੰਘ ਨਾਮ ਵਾਲੇ ਪਾਸਪੋਰਟ ਦੇ ਉੱਤੇ ਵੀਜ਼ਾ ਲੈ ਸਕਦਾ ਸੀਗਾ ਪਰ ਹੋ ਸਕਦਾ ਹੈ ਕਿ ਮਾਮਲਾ ਕੁਝ ਹੋਰ ਹੋਵੇ ਕੋਈ ਵਕਰੀਏ ਦੇ ਦਿਮਾਗ ਦੇ ਵਿੱਚ ਕੋਈ ਖੁਰਾਫਾਤੀ ਜਿਹੜੀ ਤਕਨੀਕ ਚੱਲ ਰਹੀ ਹੋ ਸਕਦੀ ਹੈ